ਗੁਰਮੁਖ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹਨਾਂ ਦੇ ਵਿੱਚੋਂ ਕਿਹੜਾ ਜਾਪ ਕਰਨਾ ਚਾਹੀਦਾ ਸਤਨਾਮ ਵਾਹਿਗੁਰੂ ਜਾਂ ਫਿਰ ਵਾਹਿਗੁਰੂ ਇਹਨਾਂ ਦੇ ਵਿੱਚ ਕੀ ਅੰਤਰ ਹੈ ਬੜੇ ਸਵਾਲ ਸੀ ਸੰਗਤ ਦੇ ਤੇ ਬੜੀਆਂ ਪੁੱਛਗਿੱਛਾਂ ਹੁੰਨਆਂ ਨੇ بڑے ਸਵਾਲ ਜਵਾਬ ਜਿਹੜੇ ਨੇ ਠਹਿਰੇ ਹੋਏ ਨੇ ਇਸ ਗੱਲ ਤੇ ਸੋ ਆਪਾਂ ਬੇਨਤੀਆਂ ਸੰਗਤ ਦੀਆਂ ਕਰਨੀਆਂ ਨੇ ਸਾਰੀ ਸੰਗਤ ਨਾਲ ਜੁੜੀ ਰਹੋ ਸਾਰੇ ਜਣੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਮੰਤਰ ਦਿੱਤੇ ਮੰਤਰਾਂ ਸਿਰ ਮੰਤਰ ਗੁਰ ਮੰਤਰ ਜਾਂ ਫਿਰ ਮੂਲ ਮੰਤਰ ਲੋਕ ਐਵੇਂ ਕਹਿੰਦੇ ਨੇ ਫਲਾਣਾ ਬਾਬਾ ਮੰਤਰ ਦਿੰਦਾ ਜੀ ਉਹ ਮੰਤਰ ਪੜ੍ਹਦਾ ਜੀ ਪਰ ਮੰਤਰਾਂ ਸਿਰ ਮਹਾ ਮੰਤਰ ਦੇਤੇ ਸਾਨੂੰ ਪਾਤਸ਼ਾਹ ਨੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ ਜੇ ਬੰਦੇ ਦੇ ਵਿੱਚੋਂ ਹਉਮੈ ਨਿਕਲ ਜਾਵੇ ਤੇ ਅੱਧੇ ਕਾਰਜ ਤੇ ਉੰਜ ਹੀ ਸਫਲ ਹੋ ਜਾਂਦੇ ਨੇ ਜੇ ਹਉਮੈ ਦਾ ਨਾਸ਼ ਹੋ ਜਾਏ ਹਉਮੈ ਵਿੱਚੋਂ ਨਿਕਲ ਜਾਏ ਤੇ ਅੱਧੇ ਕਾਰਜ ਤੇ ਉਂਝੀ ਬਣ ਜਾਂਦੇ ਨੇ ਪਿਆਰਿਓ ਤੇ ਸੱਚੇ 파ਰਿਸ਼ਾਨੇ ਤੇ ਸਾਨੂੰ ਮੰਤਰਾਂ ਸਰ ਮੰਤਰ ਦਿੱਤੇ ਨੇ ਹੁਣ ਮੰਤਰਾਂ ਨੂੰ ਲੈ ਕੇ ਵੀ ਰੌਲਾ ਪਿਆ ਹੋਇਆ ਕੋਈ ਕਹਿੰਦਾ ਜੀ ਸਤਨਾਮ ਵਾਹਿਗੁਰੂ ਜਪੀਏ ਤੇ ਜਾਂ ਫਿਰ ਵਾਹਿਗੁਰੂ ਜਪੀਏ ਕੀ ਕਰਨਾ ਚਾਹੀਦਾ ਇਹਨਾਂ ਦੇ ਵਿੱਚ ਕੀ ਕੀ ਅੰਤਰ ਨੇ ਮੈਂ ਬੇਨਤੀਆਂ ਜੜੀਆਂ ਨੇ ਇਸੇ ਵਾਸਤੇ ਅੱਜ ਸਾਂਝੀਆਂ ਕਰਨੀਆਂ ਨੇ ਸਾਉ ਤੋਂ ਪਹਿਲਾ ਇੱਕ ਬੇਨਤੀ ਨੂੰ ਸਮਝ ਲਿਓ ਮੈਂ ਇੱਕ ਤੁਹਾਡਾ ਧਿਆਨ ਦਿਵਾ ਦਿਆਂ ਸੱਚੇ ਪਾਤਸ਼ਾਹ ਕਹਿੰਦੇ ਨੇ ਸਖੀ ਕਹਿਣ ਅਰਦਾਸ ਮਨ ਹੋ ਪਿਆਰੀਆਂ ਸਮਝ ਲਿਓ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਪ੍ਰਭੂ ਨੂੰ ਦਿਲੋਂ ਪਿਆਰ ਕਰਨ ਵਾਲੇ ਸਖੀਆਂ ਭਾਵਨਾ ਮਿੱਤਰ 베ਲੀ ਅੱਗੇ ਅਰਦਾਸ ਕਰਦੀਆਂ ਨੇ ਬਿਨ ਨਾ ਵੈ ਤ੍ਰਿਗਵਾਸ ਫਿੱਟ ਸੋ ਜੀਵੇ ਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵੇਆ ਉਹ ਜਿਉਣ ਫਟਕਾਰ ਜੋਗ ਨੇ ਉਸ ਬਸੇਬੇ ਨੂੰ ਲਾਣਤ ਹੈ ਜੋ ਨਾਮ ਤੋਂ ਸਖਣੈ ਜੋ ਗੁਰੂ ਦਾ ਨਾਮ ਨਹੀਂ ਲੈਂਦਾ ਝਗੜਿਆਂ ਝਮੇੜਿਆਂ ਦੇ ਵਿੱਚ ਹੀ ਪਿਆ ਰਹਿੰਦਾ ਜਿਸ ਜੀਵ ਇਸਤਰੀ ਨੂੰ ਅਕਾਲ ਪੁਰਖ ਨੇ ਗੁਰੂ ਸ਼ਬਦ ਰਾਹੀਂ ਸੁਧਾਰਿਆ ਉਸ ਨੇ ਨਾਮ ਅੰਮ੍ਰਿਤ ਪੀਤਾ ਹੈ ਤੇ ਪਿਆਰਿਓ ਪਾਤਸ਼ਾਹ ਨੇ ਕੀ ਕਿਹਾ ਜੀ ਸਤਗੁਰੂ ਸਾਫ਼ ਤੌਰ ਤੇ ਸਮਝਾ ਰਹੇ ਨੇ ਸਤਗੁਰੂ ਕਹਿੰਦੇ ਨੇ ਇਹ ਜਿਹੜੀ ਆਤਮਾ ਹੈ ਨਾ ਇਹ ਇੱਕ ਇਸਤਰੀ ਹੈ ਤੇ ਇਹਦਾ ਖਸਮ ਹੈ ਇਹ ਜਿਹੜਾ ਪਰਮਾਤਮਾ ਹੈ ਉਹ ਰੱਬ ਹੈ ਉਹ ਸੱਚਾ ਸਤਗੁਰੂ ਹੈ ਪ੍ਰਭੂ ਹੈ ਪਰਮੇਸ਼ਰ ਹੈ ਜਿਹੜੀ ਅੰਦਰ ਆਤਮਾ ਹੈ ਨਾ ਇਹਦਾ ਪਰਮਾਤਮਾ ਦੇ ਨਾਲ ਮਿਲਾਪ ਕਰਾਉਣਾ ਹੈ ਆਪਾਂ ਤੇ ਅੰਦਰ ਜਿਹੜੀ ਆਤਮਾ ਬੈਠੀ ਹੈ ਤੇ ਇਹਦਾ ਸੱਚੇ ਪਾਤਸ਼ਾਹ ਨਾਲ ਮਿਲਾਪ ਉਦੋਂ ਹੋਊਗਾ ਜਦੋਂ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਖੋਈ ਜਦੋਂ ਅੰਦਰੋਂ ਵਿਕਾਰ ਨਿਕਲ ਗਏ ਵਿਸ਼ੇ ਵਿਕਾਰਾਂ ਤੋਂ ਇਹ ਜਿੰਦ ਜਿਹੜੀ ਐ ਨਾ ਰਹਿਤ ਹੋ ਗਈ ਇਹ ਜਿੰਦ ਜਿਹੜੀ ਐ ਰਹਿਤਮਾਨੀਆਂ ਹੋ ਗਈ ਇਹ ਜਿੰਦ ਨੇ ਰਹਿਤ ਜਿਹੜੀ ਐ ਰੱਖ ਲਈ ਜਿਵੇਂ ਗੁਰੂ ਨੇ ਕਿਹਾ ਓਮੇ ਰਹਿਤ ਇਸ ਨੇ ਧਾਰਨ ਕਰ ਲਈ ਤੇ ਫੇਰ ਜਿਹੜੀ ਐ ਗੱਲਬਾਤ ਸਿਰੇ ਚੜੂਗੀ ਫੇਰ ਜਿਹੜੀ ਐ ਗੱਲਬਾਤ ਅੱਗੇ ਵਧੇਗੀ ਸੋ ਪਿਆਰਿਓ ਮੈਂ ਕਈ ਵਾਰ ਬੇਨਤੀਆਂ ਕੀਤੀਆਂ ਨੇ ਕੀ ਆਪਣੇ ਆਪ ਨੂੰ ਬਦਲੀਏ ਗੁਰੂ ਦਾ ਨਾਮ ਹੀ ਬਦਲ ਸਕਦਾ ਹੈ ਪਾਤਸ਼ਾਹ ਕਹਿੰਦੇ ਨੇ ਇਸ ਦੇਹੀ ਮੇ ਪਾਂਚ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਪਾਪ ਕਰੈ ਇਨ ਪੰਚਨ ਕੇ ਵਸਰੇ ਪਤਾ ਨਹੀਂ ਕਿੰਨੀਆਂ ਕੋ ਉਦਾਹਰਣਾਂ ਦਿੱਤੀਆਂ ਸੱਚੇ ਸਤਗੁਰੂ ਨੇ ਪਾਤਸ਼ਾਹ ਕਹਿੰਦੇ ਨੇ ਨਾਮ ਰਸ ਪੀਆਰੇ ਪਾਤਸ਼ਾਹ ਕਹਿੰਦੇ ਨਾਮ ਰਸ ਪੀ ਨਾਮ ਰਸ ਨੂੰ ਚਖ ਸੱਚੇ ਸਤਗੁਰੂ ਨੇ ਗੁਰਬਾਣੀ ਵਿੱਚੋਂ ਉਦਾਹਰਨਾ ਦੇ ਕੇ ਇਸ ਇਨਸਾਨ ਨੂੰ ਸਮਝਾਇਆ ਕਿ ਪਿਆਰਿਆ ਯਾਦ ਰੱਖ ਤੇਰੇ ਵਿੱਚ ਘਾਟਾਂ ਨੇ ਤੈਨੂੰ ਸੁਧਰਨਾ ਪੈਣਾ ਹੈ ਤੈਨੂੰ ਵਿਚਾਰਨਾ ਪੈਣਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਉਸ ਸਵਾਲ ਦੀ ਜੋ ਸਵਾਲ ਬਣਿਆ ਹੋਇਆ ਹੈ ਸਤਨਾਮ ਵਾਹਿਗੁਰੂ ਕਹੀਏ ਸਤ ਕੀ ਹੈ ਸਤ ਸਤ ਦਾ ਅਰਥ ਹੁੰਦਾ ਸੱਚ ਨਾਮ ਉਹ ਸੱਚਾ ਨਾਮ ਵਾਹਿ ਗੁਰੂ ਵਾਹ ਦਾ ਅਰਥ ਹੁੰਦਾ ਹੈ ਅश्चਰਜ ਗੁਰੂ हे गुरु परमेश्वर परमात्मा तेरे आश्चर्य गौतक ने तू आश्चर्य है हे सच्चे पारशा तेरी बनाई हुई प्रकृति भी आश्चर्य है प्यारेयो गुरबानी ਦੇ ਵਿੱਚ ਵਾਹਿਗੁਰੂ ਸ਼ਬਦ ਵੀ ਆਉਂਦਾ ਵਾਹ ਗੁਰੂ ਸ਼ਬਦ ਵੀ ਆਉਂਦਾ ਤੇ ਯਾਦ ਰੱਖਿਓ ਇਸ ਝਗੜ ਝਮੇਲੇ ਵਿੱਚ ਨਾ ਪਿਓ ਜਿਹੜੇ ਲੋਕਾਂ ਨੇ ਕੁਝ ਨਹੀਂ ਕਰਨਾ ਉਹ ਝਗੜੇ ਛੇੜਦੇ ਹੁੰਦੇ ਨੇ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ ਜੀ ਕੋਈ ਕਹਿੰਦਾ ਨਾਨਕ ਹੋਸੀ ਵੀ ਸੱਚ ਤੱਕ ਹੈ ਮੈਂ ਕਹਿਣਾ ਕਰੋ ਤੇ ਸਹੀ ਚਾਹੇ ਗੁਰਪ੍ਰਸਾਦ ਤੱਕ ਕਰੋ ਨਾਨਕ ਹੋਸੀ ਵੀ ਸੱਚ ਤੱਕ ਕਰੋ ਕਰੋ ਤੇ ਸਹੀ ਤੁਹਾਨੂੰ ਜ਼ਰੂਰੀ ਹੈ ਤੇ ਰੌਲਾ ਨਾ ਪਾਓ ਆਪਣਾ ਬੋਝ ਵਿਚਾਰ ਕੇ ਕਰੋ ਜਿੰਨਾ ਵੀ ਕਰ ਸਕਦੇ ਹੋ ਕਰੋ ਲਾਹਾ ਤੁਹਾਡੇ ਲਈ ਹੈ ਤੁਸੀਂ ਆਪ ਲਾਹਾ ਘਟਣਾ ਜੀ ਪਾਤਸ਼ਾਹ ਪਤਾ ਕੀ ਕਹਿੰਦੇ ਨੇ ਸਤਗੁਰੂ ਕਹਿੰਦਾ ਕਾਹੇ ਰੇਬਕ ਬਾਦ ਲਾਇਓ ਜਨ ਹਰ ਪਾਇਓ ਤਿਨੈ ਛਪਾਇਓ ਪਾਤਸ਼ਾਹ ਕਹਿੰਦੇ ਕਿਉਂ ਇੰਨਾ ਰੌਲਾ ਪਾਇਆ ਇਨੀ ਕਾਮਾਂ ਰੌਲੀ ਪਾਈ ਹੈ ਜਿਨੇ ਪਰਮਾਤਮਾ ਨੂੰ ਪਾਇਆ ਹੈ ਨਾ ਜਿਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ ਰੌਲਾ ਨਹੀਂ ਪਾਇਆ ਉਹ ਸੱਜਣੋ ਉਹ ਤਾਂ ਚੁੱਪ ਕਰਕੇ ਬੈਠ ਗਏ ਉਹਨਾਂ ਨੇ ਰੌਲਾ ਪਾ ਕੇ ਦੁਨੀਆ ਨੂੰ ਨਹੀਂ ਦੱਸਿਆ ਕਿ ਮੈਂ ਪਾ ਲਿਆ ਮੈਂ ਰੱਬ ਦੇਖਿਆ ਜਿਹਾ ਐਂ ਦੇਖਿਆ ਉਹ ਤੇ ਚੁੱਪ ਹੋ ਗਏ ਉਹ ਤੇ ਮੌਨ ਹੋ ਗਏ ਪਰਮਾਤਮਾ ਨੇ ਸਦਾ ਲਈ ਉਹਨਾਂ ਦੇ ਹਿਰਦੇ ਦੇ ਵਿੱਚ ਸ਼ਾਂਤੀ ਟਿਕਾਤੀ ਤੇ ਉਹ ਦੁਨੀਆ ਨੂੰ ਨਹੀਂ ਦੱਸਦੇ ਫਿਰਦੇ ਵੀ ਮੈਂ ਰੱਬ ਦੇਖਿਆ ਜਿਹਾ ਇਦਾਂ ਦਾ ਸਰੂਪ ਹੈ ਜੀ ਇਦਾਂ ਦਾ ਪਾਵੇਂ ਅੱਜਕੱਲ ਵਾਲੇ ਬਾਬੇ ਕਰਦੇ ਆ ਆਜਾ ਤੈਨੂੰ ਰੱਬ ਦਿਖਾਈਏ ਆਜਾ ਤੇਰੀਆਂ ਅੱਖਾਂ ਬੰਦ ਕਰਕੇ ਤੈਨੂੰ ਰੱਬ ਦੇ ਦਰਸ਼ਨ ਕਰਾਈਏ ਨਹੀਂ ਰੱਬ ਇੰਨਾ ਸਸਤਾ ਨਹੀਂ ਕਿ ਆਮ ਬੰਦਿਆਂ ਨੂੰ ਉਹ ਦਿਖਾਉਂਦਾ ਫਿਰੇ ਤੇ ਇੱਕ ਬੰਦੇ ਨੂੰ ਸਮਰੱਥਾ ਦੇ ਦੇ ਕਿ ਮੇਰਾ ਸਰੂਪ ਤੂੰ ਲੋਕਾਂ ਨੂੰ ਦਿਖਾਉਂਦਾ ਫਿਰ ਨਹੀਂ ਇਹ ਤੇ ਆਤਮ ਆਧਮਿਆਤਮਕ ਦੀ ਪ੍ਰਾਪਤੀ ਹੈ ਆਪਣੇ ਆਪ ਦੀ ਪ੍ਰਾਪਤੀ ਹੈ ਜੇ ਅਸੀਂ ਅਭਿਆਸ ਕਰਾਂਗੇ ਨਾ ਸ਼ਬਦ ਦਾ ਪਾਤਸ਼ਾਹ ਕਹਿੰਦੇ ਨੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹੇ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਨੇ ਨਾ ਸ਼ਬਦ ਦੇ ਵਿੱਚੋਂ ਖੋਜਿਓ ਤੁਹਾਨੂੰ ਵੀ ਦਰਸ਼ਨ ਹੋਣਗੇ ਪਿਆਰਿਓ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਚਾਹੇ ਵਾਹਿਗੁਰੂ ਕਰੋ ਤੇ ਆਪਾਂ ਜਾਪ ਕਰਦੇ ਹੋਏ ਕਈ ਸੱਜਣ ਵੇਖੇ ਹੋਣਗੇ ਉਹ ਕਹਿੰਦੇ ਨੇ ਸਤਨਾਮ ਵਾਹਿਗੁਰੂ ਜਾਂ ਫਿਰ ਕਹਿੰਦੇ ਨੇ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਤੇ ਜਾ ਫਿਰ ਜਾਪ ਹੁੰਦਾ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਤੇ ਵੈ ਕਿੰਨਾ ਕਿਸੇ ਵੀ ਤਰ੍ਹਾਂ ਦਾ ਜਾਪ ਕਰੋ ਦੇਖੋ ਸਤਨਾਮ ਵਾਹਿਗੁਰੂ ਕਹੋਗੇ ਤਾਂ ਵੀ ਤੁਹਾਡੀ ਹਾਜ਼ਰੀ ਪਰਮਾਤਮਾ ਦੇ ਚਰਨਾਂ ਵਿੱਚ ਲੱਗਣੀ ਹੈ ਵਾਹ ਗੁਰੂ ਜਾ ਫਿਰ ਤੁਸੀਂ ਕਹੋ ਇੱਕ ਸਾਹ ਨਾਲ ਕਹੋ ਵਾਹ ਦੂਸਰਾ ਸਾਹ ਛੱਡੋ ਗੁਰੂ ਵਾਹਿਗੁਰੂ ਤਾਂ ਵੀ ਤੁਹਾਡੀ ਹਾਜ਼ਰੀ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਜਾਣੀ ਹੈ ਜੇ ਤੁਸੀਂ ਵਾਹਿਗੁਰੂ 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 ਜੇ ਇਦਾਂ ਕਰੋਗੇ ਤਾਂ ਵੀ ਤੁਹਾਡੀ ਹਾਜ਼ਰੀ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਜਾਣੀ ਹੈ ਸਜਣੋ ਇਸ ਕਰਕੇ ਕੋਈ ਵੀ ਜਾਪ ਕਰੋ ਚਾਹੇ ਮੂਲ ਮੰਤਰ ਦਾ ਗੁਰਮੰਤਰ ਦਾ ਸਤਨਾਮ ਵਾਹਿਗੁਰੂ ਦਾ ਜਾਂ ਇਕੱਲੇ ਵਾਹਿਗੁਰੂ ਦਾ ਸਤਨਾਮ ਹੀ ਕਰੀ ਜਾਓ ਰਾਮ ਰਾਮ ਅੱਲਾਹ ਪਰਮੇਸ਼ਰ ਕੁਝ ਵੀ ਕਹੋ ਤੁਹਾਡੀ ਹਾਜ਼ਰੀ ਪਰਮਾਤਮਾ ਦੇ ਵਿੱਚ ਲੱਗ ਜਾਏਗੀ ਗੱਲ ਤੇ ਉਹਨੂੰ ਯਾਦ ਕਰਨ ਦੀ ਹੈ ਨਾ ਵੀ ਅਸੀਂ ਉਹਨੂੰ ਯਾਦ ਕਰ ਰਹੇ ਆ ਸੱਚੇ ਪਾਤਸ਼ਾਹ ਨੂੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹਨਾਂ ਸ਼ਬਦਾਂ ਨੂੰ ਕਦੇ ਪੜ੍ਹ ਕੇ ਵੇਖਿਓ ਪਿਆਰਿਓ ਸੱਚੇ ਪਾਤਸ਼ਾਹ ਨੇ ਕੀ ਅਸਲ ਸੰਦੇਸ਼ ਦੇਣਾ ਕੀਤਾ ਇਹ ਲੜਾਈਆਂ ਝਗੜੇ ਛੱਡੀਏ ਵੀ ਸਤਨਾਮ ਕਹੀਏ ਜੀ ਜਾਂ ਵਾਹਿਗੁਰੂ ਕਹੀਏ ਜਿਨ੍ਹਾਂ ਨੇ ਜਪਣਾ ਹੁੰਦਾ ਨਾ ਉਹ ਲੜਾਈ ਝਗੜਿਆਂ ਵੱਲ ਧਿਆਨ ਨਹੀਂ ਦਿੰਦੇ ਉਹ ਜਪੀ ਜਾਂਦੇ ਹੁੰਦੇ ਆ ਦੁਨੀਆ ਦੇ ਝਗੜੇ ਝੇੜਿਆਂ ਤੋਂ ਉਹ ਦੂਰ ਰਹਿੰਦੇ ਆ ਇਸ ਕਰਕੇ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਬਦਲਣ ਦੀ ਸੱਚੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਚੱਲਣਾ ਕਰੀਏ ਸਤਨਾਮ ਵਾਹਿਗੁਰੂ ਕਹੀਏ ਵਾਹਿਗੁਰੂ ਕਹੀਏ ਕਰੀਏ ਜ਼ਰੂਰ ਸੇ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ